ਸਬ ਡਿਵੀਜ਼ਨ ਬਾਬਾ ਬਕਾਲਾ ਅਧੀਨ ਆਉਂਦੇ ਕਸਬਾ ਪਿੰਡ ਰਈਆ ਵਿਖੇ ਵਾਲਮੀਕਿ ਸਮਾਜ ਦੀ ਇੱਕ ਅਹਿਮ ਮੀਟਿੰਗ ਸਾਂਝਾ ਜ਼ੋਨ ਇੰਚਾਰਜ ਸਰਦਾਰ ਜੋਗਾ ਸਿੰਘ ਵਡਾਲਾ ਦੀ ਪ੍ਰਧਾਨਗੀ ਹੇਠ ਹੋਈ। ਪ੍ਰੈਸ ਮਿਲਣੀ ਦੌਰਾਨ ਜੋਗਾ ਸਿੰਘ ਵਡਾਲਾ ਅਤੇ ਮਹਿੰਦਰ ਸਿੰਘ ਹਮੀਰਾ ਪੰਜਾਬ ਪ੍ਰਧਾਨ ਨੇ ਪੱਤਰਕਾਰਾਂ ਨੂੰ ਜਾਣਕਾਰੀ ਦਿੱਤੀ ਕਿ ਮਿਤੀ 18 ਸਤੰਬਰ ਦਿਨ ਸੋਮਵਾਰ ਨੂੰ ਰਈਆ ਤੋਂ ਰੋਸ ਪ੍ਰਦਰਸ਼ਨ ਕਰਕੇ SSP ਦਫ਼ਤਰ ਅੰਮ੍ਰਿਤਸਰ ਦਿਹਾਤੀ ਦਾ ਘਿਰਾਓ ਕੀਤਾ ਜਾਵੇਗਾ। ਉਹਨਾਂ ਨੇ ਇਹ ਰੋਸ ਪ੍ਰਦਰਸ਼ਨ ਦਾ ਕਾਰਨ ਆਮ ਆਦਮੀ ਨਾਲ ਰੋਜ਼ਮਰ੍ਹਾ ਦੀ ਜ਼ਿੰਦਗੀ ਵਿੱਚ ਹੋਣ ਵਾਲੀਆਂ ਬੇਇਨਸਾਫੀਆਂ ਨੂੰ ਦੱਸਿਆ। ਖਾਸ ਤੌਰ 'ਤੇ ਉਹਨਾਂ ਨੇ ਉੱਥੋਂ ਦੇ ਵਸਨੀਕ ਮਨੀਸ਼ ਬੈਲ ਦੇ ਕੇਸ ਦਾ ਵੀ ਜ਼ਿਕਰ ਕੀਤਾ। ਅਸੀਂ ਜੋ ਦਿਨ ਬ ਦਿਨ ਪੰਜਾਬ ਦੇ ਅੰਦਰ ਜਿਹੜਾ ਆਮ ਲੋਕਾਂ ਦੇ ਨਾਲ ਗਰੀਬ ਲੋਕਾਂ ਦੇ ਨਾਲ ਧੱਕੇਸ਼ਾਹੀਆਂ ਜਿਹੜੀਆਂ ਵੱਧ ਗਈਆਂ, ਪੁਲਿਸ ਪ੍ਰਸ਼ਾਸਨ ਜਿਹੜਾ ਕਿਸੇ ਦੀ ਸੁਣਵਾਈ ਨਹੀਂ ਕਰ ਰਿਹਾ, ਕਿਸੇ ਨੂੰ ਇਨਸਾਫ਼ ਨਹੀਂ ਦੇ ਰਿਹਾ, ਪੁਲਿਸ ਪ੍ਰਸ਼ਾਸਨ ਜਿਹੜਾ ਉਹ ਸਿਆਸੀ ਸਹਿ ਹੇਠ ਕੰਮ ਕਰਦਾ, ਆਮ ਲੋਕ ਦੀ ਕਿਤੇ ਵੀ ਕਿਸੇ ਦੀ ਸੁਣਵਾਈ ਨਹੀਂ ਹੋ ਰਹੀ। ਅਸੀਂ ਇਹਨਾਂ ਧੱਕੇਸ਼ਾਹੀਆਂ ਦੇ ਖਿਲਾਫ਼ ਅੱਜ 2 ਜਥੇਬੰਦੀਆਂ ਵੱਲੋਂ ਮੀਟਿੰਗ ਹੋਈ ਹੈ ਔਰ ਹੋਰ ਜਥੇਬੰਦੀਆਂ ਵੀ ਸਾਡੇ ਨਾਲ ਹੈ, ਕਿਉਂਕਿ ਅਸੀਂ ਜੋ ਜ਼ਬਰ ਵਿਰੋਧੀ ਐਕਸ਼ਨ ਕਮੇਟੀ 15-16 ਜਥੇਬੰਦੀਆਂ ਵੱਲੋਂ ਬਣਾਈ ਹੈ। ਆ ਪਿਛਲੇ ਦਿਨੀ ਮਨੀਸ਼ ਬਹਿਲ ਜੀ, ਜਿਨ੍ਹਾਂ ਦਾ ਦੁਕਾਨ 'ਤੇ ਜਬਰੀ ਕਬਜ਼ਾ ਕਰਨ ਦੀ ਕੋਸ਼ਿਸ਼ ਬਰਕਤ ਰਾਮ ਪਾਰਟੀ ਨੇ ਕੀਤੀ ਹੈ, ਉਸ ਸੰਬੰਧ ਦੇ ਵਿੱਚ ਹੋਰ ਮਾਮਲਿਆਂ ਦੇ ਵਿੱਚ ਵੀ ਜਦੋਂ ਸਾਡੇ ਜਿਹੜੇ ਜਥੇਬੰਦੀ ਦੇ ਜਿਹੜੇ ਮੋਹਤਬਰ ਵਿਅਕਤੀ ਇਨਸਾਫ਼ ਦੀ ਮੰਗ ਲੈ ਕੇ ਪੁਲਿਸ ਪ੍ਰਸ਼ਾਸਨ ਦੇ ਕੋਲ ਗਏ ਤਾਂ ਉਹਨਾਂ ਨੇ ਉਲਟਾ ਇਹਨਾਂ ਦੇ ਨਾਲ ਦੁਰਵਿਵਹਾਰ ਕੀਤਾ, ਇਨਸਾਫ਼ ਦੇਣ ਦੀ ਬਜਾਏ ਇਹਨਾਂ ਦੇ ਨਾਲ ਦੁਰਵਿਵਹਾਰ ਕੀਤਾ। ਨਮਸਕਾਰ ਜੀ, ਮੈਂ ਮਨੀਸ਼ ਬਹਿਲ, ਕਿਸਾਨ ਅਖਬਾਰ ਦੇ ਬਹਿਲ ਵਾਸੀ ਰਹੀਆ। ਇਹ ਕਿ ਬੂਥ ਨੰਬਰ 54 ਨੂੰ ਲੈ ਕੇ ਬਰਕਤ ਰਾਮ ਜੀ ਨੇ ਜੋ ਪਿਛਲੇ ਦਿਨਾਂ ਨਿਊਜ਼ ਦਿੱਤੀ ਹੈ ਚੈਨਲ ਦੇ ਉੱਤੇ ਨਾਲ ਭੀਮ ਸੈਨ ਜੀ ਨੇ, ਉਹਨਾਂ ਦਾ ਮੈਂ ਖੰਡਨ ਕਰਦਾ। ਇਹ ਬੇਬੁਨਿਆਦ ਖਬਰ ਹੈ। ਇਹ ਕਿ ਇਹ ਬੂਥ ਨੰਬਰ 54 ਜੋ ਕਿ ਬਰਕਤ ਰਾਮ ਜੀ ਨੇ 2012 ਦੇ ਵਿੱਚ 1,00,000 ਰੁਪਏ ਦਾ ਵੇਚ ਦਿੱਤਾ ਸੀਗਾ ਵਾਸਦੇਵ ਬਹਿਲ ਜੀ ਨੂੰ, ਅਤੇ ਇਹ ਉਹਦੇ 'ਤੇ ਧੱਕੇ ਨਾਲ ਕਬਜ਼ਾ ਕਰਨਾ ਚਾਹੁੰਦੇ ਹਾਂ, ਜੋ ਕਿ ਇਹਨਾਂ ਨੇ ਥੋੜ੍ਹੇ ਦਿਨ ਪਹਿਲਾਂ ਹੀ ਸਟੇਟਸ ਕੋ ਲਿਆਣ ਕੇ ਕਬਜ਼ਾ ਵੀ ਕੀਤਾ ਹੈ ਅਤੇ ਉਹ ਕਾਨੂੰਨ ਦੇ ਖਿਲਾਫ਼ ਹੈ। ਮੈਂ ਇਹ ਇਸ ਦੇ ਮੁਤਾਬਕ SSP ਸਾਹਿਬ ਨੂੰ ਵੀ ਦਰਖਾਸਤ ਦਿੱਤੀ ਹੈ, ਬਾਬਾ ਬਕਾਲਾ DSP ਸਾਹਿਬ ਨੂੰ ਵੀ ਦਰਖਾਸਤ ਦਿੱਤੀ ਹੈ, ਪਰ ਮੇਰੀ ਕੋਈ ਵੀ ਸੁਣਵਾਈ ਨਹੀਂ ਹੋਈ। ਮੈਂ ਪ੍ਰਸ਼ਾਸਨ ਤੋਂ ਇਨਸਾਫ਼ ਦੀ ਮੰਗ ਕਰਦਾ ਹਾਂ ਕਿ ਮੇਰਾ ਜੋ ਹੈ ਮੈਨੂੰ ਇਨਸਾਫ਼ ਦਵਾਇਆ ਜਾਵੇ, ਜੋ ਬਣਦੀ ਕਾਰਵਾਈ ਹੈ ਦੋਸ਼ੀਆਂ ਦੇ ਖਿਲਾਫ਼ ਕੀਤੀ ਜਾਵੇ।